ਤਕਲੀਫ ਨਹੀਂ ਸੀ, ਅਸੀਂ ਮਸ਼ੀਨ ਚਲਾਉਂਦੇ ਸਾਂ। ਦੁਨੀਆ ਇੱਧਰ ਉੱਧਰ ਲੈਣ ਜਾਂਦੀ ਸੀ, ਅਸੀਂ ਨਹੀਂ। ਅਸੀਂ ਸਵੇਰੇ ਟੋਕਰੀ ਫੜਦੇ ਸਾਂ, ਨਿਸ਼ਕਾਮ 'ਤੇ ਜਾਂਦੇ ਸੀ। ਦੋ ਥਾਂ ਸੀ ਲਈਏ ਸਾਡੀ ਹਿੰਮਤ, ਇੱਕ ਥਾਂ ਕਛਹਿਰਾਂ ਦਾ ਸੀ ਲਈਏ, 100 ਕਛਹਿਰਾਂ ਸੀ ਲਈਏ, 50 ਸੀ ਲਈਏ। ਪੈਂਟਾਂ ਕਮੀਜ਼ਾਂ ਹਰ ਚੀਜ਼ ਸੀਤੀ ਹੈ, ਬਾਕੀ ਦਵਾਈ ਜੋ ਇਹ ਸੇਵਾ ਕਰ ਸਕਦੇ ਸੀ ਇਹ ਕਰਦੇ ਸੀ, ਪਰ ਆਪਾਂ ਮਿਹਨਤ ਵੱਲ ਜ਼ਿਆਦਾ ਧਿਆਨ ਰੱਖਿਆ। ਜਦੋਂ ਇੰਨਾ ਪਰਿਵਾਰ ਬਰਬਾਦ ਹੋ ਜਾਏ ਨਾ, ਕੋਈ ਮਾਂ ਖੜੀ ਹੋ ਕੇ ਗੱਲ ਨਹੀਂ ਕਰ ਸਕਦੀ। ਘਰੋਂ ਰੋ ਕੇ ਜਾਂਦੇ ਸੀ, ਉੱਥੇ ਸਾਰਾ ਦਿਨ ਰੋਂਦੇ ਸੀ ਨਾ ਸੀਂਦੇ ਸੀ, ਸਭ ਹੱਥ ਸਿੱਧੇ ਕੀਤੇ। ਅੱਜ ਕੋਈ ਸਾਨੂੰ ਕਹਿਣ ਜੋਗਾ ਨਹੀਂ ਹੈਗਾ। ਸਾਡੇ ਇਨਸਾਫ ਚਾਹੀਦਾ ਸਿਰਫ, ਸਾਨੂੰ ਇਹ ਨਹੀਂ ਚਾਹੀਦਾ ਵੀ ਸਾਨੂੰ ਕੋਈ ਰੋਟੀ ਦੇ ਜੇ ਖਾਣ ਨੂੰ, ਕੱਪੜੇ ਦੇ ਜੇ ਪਾਉਣ ਨੂੰ। ਜਪਾਈ ਰਹੇ ਬਹੁਤਾ ਚੰਗਾ ਨਹੀਂ, ਪਾਗ ਮਾੜਾ ਪਾ ਲਾਂਗੇ। ਕੋਈ ਸਾਡੀ ਜ਼ਿੰਦਗੀ ਨਹੀਂ, ਕੋਈ ਕੱਪੜੇ ਪਾਉਣ ਦਾ ਸ਼ੌਂਕ ਨਹੀਂ। ਹੁਣ ਸਾਡੇ ਬੱਚਿਆਂ ਦੀ ਇੱਕ ਵਾਰ ਕਿਤੇ ਕਾਤਲਾਂ ਨੂੰ ਸਜ਼ਾ ਮਿਲ ਜਾਂਦੀ ਤਾਂ ਸਾਡੇ ਸਾਹਮਣੇ ਗਲੀਆਂ 'ਚੋਂ ਨਾਰੇ ਲਾਉਂਦੇ ਲੰਘਦੇ ਨੇ, ਸਾਡੇ ਭਰਾ ਨਾਲ ਕਰਦੇ ਨੇ। ਪਰ ਇਹ ਵੀ ਨਾ, ਜਿਹਦੇ ਨਾਲ ਹੋ ਗਿਆ ਹੋ ਗਿਆ। ਸਵੇਰੇ 6 ਵਜੇ ਰੌਲਾ ਪੈ ਗਿਆ, ਅਸੀਂ ਸੁੱਤੇ ਸੀ, ਬੱਚੇ ਵੀ ਸੁੱਤੇ ਸੀ, ਕਈ ਲੁੱਕ ਜੋ ਵੀ ਕੋਈ ਮਾਰਨ ਵਾਲੇ ਆ ਗਏ ਨੇ, ਕੁਛ ਰੌਲਾ ਪੈ ਰਿਹਾ। ਸਾਨੂੰ ਤਾਂ ਇਹ ਦੱਸਿਆ ਗਿਆ, ਨਾ ਦੱਸਿਆ ਗਿਆ ਇੰਦਰਾ ਮਰ ਗਈ, ਨਾ ਦੱਸਿਆ ਗਿਆ ਕੁਛ ਹੋਇਆ, ਕੁਛ ਵੀ ਨਹੀਂ ਸੀ ਪਤਾ। ਆਪਣੇ ਘਰਾਂ ਦੇ ਵਿੱਚ ਸਾਰੇ ਬੈਠੇ ਸੀ ਆਰਾਮ ਨੂੰ, ਅਜੇ ਕੋਈ ਚਾਹ ਪਾਣੀ ਨਹੀਂ ਪੀਤਾ, ਕੁਛ ਨਹੀਂ। The violence started on large scale on 1st November morning and it carried on till 3rd November evening. This was the main violence was exactly not even 3 days, for 2.5 days was when it was on the full swing. During this short span, 4,000 Sikhs were killed in Delhi alone, and the killings were so brutal that many were burnt alive, and many the tires, burning tires, were put around their neck. In many cases they were cut into pieces. It was very, very brutal. It is not like kind of a gunshot. It was brutal killing. And thousands of others were badly injured. Patrol ਕੱਢਦੇ ਸੀ ਗੱਡੀ ਚੋਂ ਤੇ ਬਾਹਰ ਸਾਡੇ ਬੰਦਿਆਂ ਤੇ ਪਾ ਆਉਂਦੇ ਸੀ। ਕੇਨੀਆਂ ਭਰੀਆਂ, ਟਰਾਲੀਆਂ ਭਰੀਆਂ, ਟਰੱਕਰ ਭਰੇ, ਗੱਡੀਆਂ ਬੱਸਾਂ ਜਿਹੜੀਆਂ ਨੇ ਉਹ ਭਰ ਭਰ ਕੇ ਸਾਡੇ ਬੰਦਿਆਂ ਨੂੰ ਮਾਰਨ ਵਾਸਤੇ ਆਈਆਂ ਨੇ ਸਰਦਾਰਾਂ ਨੂੰ। ਦੂਸਰੇ ਦਿਨ ਇਹ ਪਛਾਣੋ ਇਹ ਪਗੜੀ ਹੈ, ਇੱਥੇ ਨਿਸ਼ਾਨ ਹੈਗਾ। ਉਹ ਮਾਵਾਂ ਨੇ ਜਿਨ੍ਹਾਂ ਕੋਲ ਆਪਣੇ ਬੱਚਿਆਂ ਦੇ ਜੂੜੇ ਫੜਾ ਕੇ ਦਾਦੀਆਂ ਕੋਲ ਅੱਗ ਲਵਾਈ ਹੈ, ਕਿਹੜੀ ਕਿਹੜੀ ਸਟੋਰੀ ਸਾਡੇ ਕੋਲ 20 ਸਾਲ 'ਚ ਪੁੱਛਣਗੇ ਸਾਨੂੰ, ਤੇ ਇੱਕ ਇੱਕ ਜਿਹੜੀ ਗੱਲ ਹੈ ਉਹ ਯਾਦ ਹੈ। 20 ਸਾਲ ਦੇ ਸੌਂਕ ਹੀ ਨਹੀਂ ਗਿਆ ਕਦੀ, ਇੰਨੇ ਰੋਗ ਲੱਗ ਗਏ ਨੇ ਸਾਨੂੰ ਅੰਦਰ। ਜੇ ਸਮਾਂ ਦਾ ਬੱਚਾ ਸਾਹਮਣੇ ਪੈਟਰੋਲ ਪਾ ਕੇ ਸਾੜਿਆ ਜਾਏਗਾ, ਕੀ ਉਹ ਬੱਚਾ ਹਾਈ ਵੀ ਨਹੀਂ ਕਰੇਗਾ। ਤੜਫਦੇ ਮਰ ਗਏ ਅਸੀਂ, ਗਾਹ ਕੇ ਵੇਖ ਨਹੀਂ ਸਕੇ, ਕਿਉਂ ਕਿ ਸਾਨੂੰ ਕੁੜੀਆਂ ਜਵਾਨ ਸੀ। ਜਿਹੜਾ ਅਸੀਂ ਉਦੋਂ ਇੱਜ਼ਤ ਆਪਣੀ ਲੈ ਕੇ ਨਿਕਲਿਆ, ਬਹੁਤ ਹੈ, ਬਹੁਤ ਕੁਛ ਲੋਕਾਂ ਨੂੰ ਹੋਇਆ। ਮੈਨੂੰ ਇਹ ਹੀ ਬੜਾ ਫਕਰ ਹੈ ਕਿ ਸਾਨੂੰ ਕਿਸੇ ਨੇ ਗਾਲ ਨਹੀਂ ਕੱਢੀ, ਸਾਡੀ ਸ਼ਕਲ ਨਹੀਂ ਕਿਸੇ ਨੇ ਵੇਖੀ, ਨਹੀਂ ਤਾਂ ਅਸੀਂ ਇਸ ਕੌਮ ਦੇ ਚੀਰ ਜੋਗੇ ਨਾ ਰਹਿੰਦੇ। ਜੇ ਸਾਡਾ ਹੁਣ ਲੋਕ ਉਂਗਲਾਂ ਚੁੱਕਦੇ ਨੇ ਵਿਧਵਾ ਨੂੰ, ਨਾ ਉਹ ਕੱਪੜਾ ਪਾ ਸਕਦੀਆਂ ਨੇ, ਨਾ ਉਹ ਖਾ ਸਕਦੀਆਂ ਨੇ, ਨਾ ਉਹ ਕਿਸੇ ਦੇ ਘਰ ਜਾ ਸਕਦੀਆਂ ਨੇ ਕੱਪੜਾ ਪਾ ਲੈਣ ਤੇ ਵਿਧਵਾ ਨੇ। ਇਹਨਾਂ ਦੇ 84 ਬੰਦੇ ਮਰ ਗਏ ਨੇ, ਇਹ ਖਾ ਰਹੇ ਨੇ ਅਜੇ, ਕੋਈ ਸਾਡਾ ਜੀਣ ਨਹੀਂ। ਆ ਝੁੱਗੀਆਂ 'ਚ ਸਾਨੂੰ ਪਾਲਿਆ, ਸਾਨੂੰ ਗੌਰਮੈਂਟ ਨੇ ਕੀ ਕੀਤਾ, ਕੋਈ ਸਾਡੀ ਸੁਣਾਈ ਨਹੀਂ। ਸਰਦਾਰ ਕਦੀ ਇਹ ਨਾ ਕਹਿਣ ਕਦੀ ਫਿਰ ਵੀ ਇਹਨਾਂ ਨਾਲ ਧੋਖਾ ਹੋਏਗਾ, ਕਿਉਂਕਿ ਇੱਥੋਂ ਦੀ ਸਰਕਾਰ ਬਹੁਤ ਗਰਦਾਰ ਹੈ। ਇੰਦਰਾ ਮਰ ਗਈ, ਮੁੰਡੇ ਨੂੰ ਫਾਂਸੀ ਲੱਗ ਗਈ, ਸਾਡੀ ਕੋਈ ਸੁਣਾਈ ਨਹੀਂ ਕਿਸੇ ਨੂੰ। ਜਿਹੜੇ ਸਾਡੇ ਕਾਣਾ ਭਗਤ, ਟੈਟਰਲ ਪੁਲਿਸ ਵਾਲੇ, ਜਿਹੜੇ ਵੱਡੇ ਵੱਡੇ ਨੇਤੇ, ਸੱਜਣ ਕੁਮਾਰ, ਇਹਨਾਂ ਨੂੰ ਤੇ ਵੋਟਾਂ ਵਾਸਤੇ ਦੇਤੀਆਂ ਕੁਰਸੀਆਂ, ਸਾਡੀ ਤੇ ਕਿਸੇ ਨੇ ਨਾ ਸੁਣੀ। ਕੋਈ ਲੋਕ ਸਾਡੇ ਕੋਲ ਵੋਟਾਂ ਮੰਗਣ ਆਉਂਦੇ ਨੇ, ਕੋਈ ਬੰਦਾ ਛੱਡਿਆ ਵੋਟਾਂ ਵਾਸਤੇ, ਕਿਉਂਕਿ ਸਾਡੇ ਸਰਦਾਰ ਅਜੇ ਵੀ ਉਹਨਾਂ ਨੇ ਚੱਲਦੇ ਨੇ, ਧੋਖਾ ਖਾਣਗੇ ਫਿਰ ਅਜੇ। ਸਾਡੇ ਨਾਲ ਜੋ ਹੋਇਆ ਨਾ, ਅਸੀਂ ਬਿਆਨ ਨਹੀਂ ਕਰ ਸਕਦੇ ਜੋ ਸਾਡੇ ਨਾਲ ਹੋਇਆ। ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਲੁੱਟੀਆਂ ਗਈਆਂ, ਸ਼ਰੇਆਮ ਖਿੱਚ ਖਿੱਚ ਕੇ ਖੜੀਆਂ,
ਪਤਾ ਕਿਤੇ ਸਰਦਾਰ ਨੂੰ ਸ਼ਰਮ ਦਾ ਮਾਰਾ ਕੋਈ ਗੱਲ ਨਹੀਂ ਕਰ ਸਕਦਾ ਪਰ ਕੈਂਪਾਂ ਵਿੱਚ ਆਏ ਜੇ ਕਿਸੇ ਧੀ ਭੈਣ ਆ ਗਈ ਤੇ ਮਾਂ ਨੇ ਉਹਨੂੰ ਪਛਾਣਨ ਤੋਂ ਇਨਕਾਰ ਕਰਤਾ ਕਿ ਹੁਣ ਇੱਥੇ ਰਹਿ ਨਹੀਂ ਸਕਦੀ ਸਾਡੀ ਕੌਮ ਚ ਕਿ ਉਹਦਾ ਕੀ ਕਸੂਰ ਸੀ ਉਹ ਪ੍ਰਧਾਨ ਮੰਤਰੀ ਨੂੰ ਮਾਰਨ ਗਈ ਸੀ 300 ਕੁੜੀ ਸਰਦਾਰਾਂ ਦੀ ਨੀ ਲੱਭ ਰਹੀ ਆਪਣੇ ਘਰਾਂ ਚ ਸਭ ਸੁੱਤੇ ਨੇ ਜਿਹਦੀ ਹੋਏਗੀ ਉਹਨੂੰ ਦੁੱਖ ਹੋਏਗਾ ਨਾ ਕੌਣ ਪੁੱਛੇ ਉਹਨਾਂ ਨੂੰ ਜਿਹਨਾਂ ਨਾਲ ਹੋਇਆ ਵੀ ਇਹ ਨਹੀਂ ਕਿ ਮੈਂ ਜਿਤਨਾ ਆ ਗਈ ਹਾਂ ਮੇਰੀਆਂ ਕਈ ਭੈਣਾਂ ਇਹੋ ਜਿਹੀਆਂ ਨੇ ਜਿਹਨਾਂ ਦੀ ਬੜੀ ਬੜੀ ਬੁਰੀ ਦਸ਼ਾ ਗਈ ਸਾਹਮਣੇ ਬੱਚੇ ਮਾਰ ਮਾਰ ਕੇ ਬੁੱਢੇ ਮਾਂ ਪਿਓ ਨੂੰ ਖਿਲਾਰ ਖਿਲਾਰ ਕੇ ਵੀ ਆਹ ਦੇਖੋ ਇਹਨਾਂ ਤੇ ਤੁਸੀਂ ਪੈਟਰੋਲ ਪਾਉਣਾ ਜਦ ਤੱਕ ਜਿੰਦੇ ਰਹਾਂਗੇ ਇਹ ਚੁਰਾਸੀ ਨਹੀਂ ਭੁੱਲਾਂਗੇ ਪਤਾ ਹੀ ਆਪਣੀ ਇਸ ਲੜਾਈ ਨੂੰ ਲੜਦੇ ਹੀ ਰਵਾਂਗੇ 18 ਸਾਲ ਤੋਂ ਲੜ ਰਹੇ ਹਾਂ ਹੁਣ ਵੀ ਲੜਾਂਗੇ ਪਰ ਇਹ ਇਤਿਹਾਸ ਕਦੇ ਭੁੱਲ ਨਹੀਂ ਸਕਦੇ ਔਰ ਨਾ ਇਹ ਭੁੱਲਣ ਯੋਗ ਹੈ ਸਾਡੇ ਨਾਲ ਹੀ ਨਹੀਂ ਹੋਈ ਇਹ ਸਾਰੇ ਸਿੱਖਾਂ ਨਾਲ ਹੋਈ ਹੈ ਅੱਖਾਂ ਨਾਲ ਮੈਂ ਦੇਖਿਆ ਕਿ ਪੁਲਿਸ ਵਾਲੇ ਮੇਰੇ ਬਾਪ ਨੂੰ ਮਾਰ ਰਹੇ ਨੇ ਫਿਰ ਜਦੋਂ ਮੇਰੀ ਮਾਂ ਮੇਰੇ ਡੈਡੀ ਨੂੰ ਬਚਾਉਣ ਵਾਸਤੇ ਉਹਨਾਂ ਉੱਤੇ ਲੇਟ ਗਈ ਤੇ ਫਿਰ ਉਹੀ ਪੁਲਿਸ ਵਾਲੇ ਲੇਡੀਜ਼ ਨੂੰ ਵੀ ਮਾਰ ਰਹੇ ਨੇ ਫਿਰ ਮੇਰੇ ਵੱਡੇ ਬ੍ਰਦਰ ਨੂੰ ਵੀ ਮਾਰ ਰਹੇ ਨੇ ਮੇਰੇ ਪੈਰਾਂ ਵਿੱਚ ਕੱਚ ਵੜੇ ਨੇ ਤੇ ਮੈਂ ਜਾ ਉੱਥੇ ਤੱਕ ਜਾ ਨਹੀਂ ਸਕਦਾ ਕਿ ਉਹਨਾਂ ਨੂੰ ਬਚਾ ਲਵਾਂ ਦੋ ਆਈ ਵਾਸ ਵੈਰੀ ਲਿਟਲ ਐਟ ਦੈਟ ਟਾਈਮ ਬਟ ਫੀਲਿੰਗਸ ਤਾਂ ਅੰਦਰੋਂ ਆਉਂਦੀਆਂ ਨੇ ਫਿਰ ਅਸੀਂ ਫਿਰ ਜਦੋਂ ਅਸੀਂ ਬਾਹਰ ਨਿਕਲਿਆ ਕਰੋ ਤੇ ਫਿਰ ਦੇਖਦੇ ਹਾਂ ਕਿ ਸਿੱਖਾਂ ਨੂੰ ਟਾਇਰ ਪਾ ਕੇ ਸਾੜ ਰਹੇ ਨੇ 500 ਬੰਦਿਆਂ ਦਾ ਮੌਬ ਸਾਨੂੰ ਮਾਰਨ ਵਾਸਤੇ ਦੌੜ ਰਿਹਾ ਅਸੀਂ ਹਸਪੀਟਲ ਦੇ ਵਿੱਚ ਜਾ ਰਹੇ ਤੇ ਹਸਪੀਟਲ ਵਾਲੇ ਕਹਿੰਦੇ ਨੇ ਅਸੀਂ ਸਿੱਖਾਂ ਨੂੰ ਦਾਖਲ ਨਹੀਂ ਕਰਨਾ ਅਸੀਂ ਸਾਨੂੰ ਕਹਿੰਦੇ ਪੁਲਿਸ ਵਾਲਿਆਂ ਕਿ ਸਾਨੂੰ ਉੱਧਰ ਲੈ ਚਲੋ ਕਹਿੰਦੇ ਨੇ ਸਾਡਾ ਏਰੀਆ ਨਹੀਂ ਪੈਂਦਾ ਕਿ ਹਿਊਮੈਨਿਟੀ ਦਾ ਕੋਈ ਏਰੀਆ ਹੁੰਦਾ ਮਾਨਵਤਾ ਦਾ ਕੋਈ ਏਰੀਆ ਹੁੰਦਾ ਕਿ ਮਾਨਵਤਾ ਇਸ ਏਰੀਏ ਜਾਏਗੀ ਇਸ ਏਰੀਏ 'ਚ ਨਹੀਂ ਜਾਏਗੀ ਉਹ ਤਾਂ ਮੁਰਦਾ ਘਾਟ ਦੇ ਵਿੱਚ ਵੀ ਜਾਂਦੀ ਹੈ ਅਗਰ ਬੰਦਾ ਮਰ ਜਾਵੇ ਤਾਂ 4 ਬੰਦਿਆਂ ਨੂੰ ਛੱਡਣ ਜਾਂਦੇ ਨੇ ਪਰ ਇੱਥੇ ਤਾਂ 4 ਜਿਉਂਦੇ ਬੰਦਿਆਂ ਨੂੰ ਛੱਡਣ ਵਾਸਤੇ 40 ਬੰਦਾ ਸੀਗਾ ਉਹ ਤੱਕ ਨਹੀਂ ਗਿਆ ਸਾਡੇ ਨਾਲ ਕਚੀਚੀਆਂ ਜੀ ਉੱਠਦੇ ਨੇ ਸੋਚ ਕੇ ਮਨ ਦੇ ਵਿੱਚ ਬਹੁਤ ਡਿਸਟਰਬ ਰਹੀ ਇਸ ਕਰਕੇ ਲਾਈਫ ਕਿ ਹੁਣ ਮੁਲਕ ਤਾਂ ਬੇਗਾਨਾ ਹੋ ਗਿਆ ਅਤੇ ਰਹੀਏ ਤਾਂ ਕਿੱਥੇ ਰਹੀਏ ਕਿਉਂਕਿ ਨਾ ਗੌਰਮੈਂਟ ਆਪਣੀ ਹੈ ਨਾ ਇੱਥੋਂ ਦੇ ਲੋਕ ਆਪਣੇ ਨੇ ਸਿਰਫ ਅਸੀਂ 2% ਲੋਕ ਹਾਂ ਅਤੇ ਕਿਵੇਂ ਅਸੀਂ ਸਰਵਾਈਵ ਕਰੀਏ ਇੱਕ ਹੌਸਲਾ ਰੱਬ ਨੇ ਦਿੱਤਾ ਸੀਗਾ ਜੋ ਅੰਦਰ ਹੀ ਅੰਦਰ ਘੜਦਾ ਗਿਆ ਇਨ ਦਾ ਬਿਗਨਿੰਗ ਇਨੀਸ਼ਲੀ ਦੈਟ ਟਾਈਮ ਦ ਕਾਂਗਰਸ ਗਵਰਨਮੈਂਟ ਇਨ ਬਿਗਨਿੰਗ ਆਫ 1985 had declared the compensation of 10,000 for each person killed and 10,000 for the total destruction of the house. I mean, if the roof has been totally razed to ground, then 10,000 rupees. That was the compensation given by the Congress government initially. During Mishra Commission, we made this request that the compensation is not enough. So that time we impressed upon the government. So it was in 1987, this was enhanced from 10,000 to 20,000. It was 20,000 for each person killed. It was in the year 1996 that the Delhi High Court gave a judgment. Justice Anil Dev Singh was the judge. He gave a judgment and he awarded the compensation of 3,50,000. And at that time, there was a BJP government in Delhi. When this judgment came, the BJP government made a statement that we accept this judgment, we will not file an appeal against it, and we will pay this compensation. And that is how this compensation of 3,50,000 was paid. The bande mar ke 10,000 deta, bande di kimat 10,000 hai, phir 10,000 deta, phir 3,00,000 deta, banda 3,00,000, oh banda 3,00,000 hi khanda rahega. ਕੀ ਇਨਸਾਫ ਹੋਇਆ ਸਰ ਜੀਣ ਵਾਸਤੇ ਕੀ ਨਹੀਂ ਚਾਹੀਦਾ ਤੁਸੀਂ 2 ਘੰਟੇ ਪਾਣੀ ਨਾ ਪੀਓ ਨਾ ਮਿਲੇ ਤੇ ਉਹ ਵੀ ਤੁਹਾਨੂੰ 10 ਪੈਸੇ ਅਠਿਆਨੀ ਦਾ ਲਿਆ ਕੇ ਪੀਣਾ ਪਏਗਾ ਬਾਹਰ ਜਾਓਗੇ ਸਾਡੀ ਤੇ ਇਹਨੇ ਅੱਗੋਂ ਕਿਸੇ ਵੀ ਸਰਦਾਰ ਨੇ ਤਰ੍ਹਾਂ ਨਾ ਹੋਵੇ ਜੋ ਸਾਡੇ ਨਾਲ ਹੋਇਆ ਅਜੇ ਵੀ ਸਮਝੋ ਇਸ ਗੱਲ ਨੂੰ
ਤੇ ਇੱਥੇ ਕੀ ਹੋ ਰਿਹਾ। ਸਾਡੀ ਇੱਕ ਬਣ ਚੁੱਕਿਆ ਕਿ ਜਿਸ ਤਰ੍ਹਾਂ ਮਜ਼ਾਕ ਬਣ ਗਿਆ ਨਾ ਸਰਦਾਰ ਮਰ ਗਏ ਤੇ ਉਹ ਤੇ ਰਜੀਵ ਮਰਿਆ ਤਾਂ ਵੱਡਾ ਪੇਟ ਡਿੱਗ ਪਿਆ, ਇੰਦਰਾ ਮਰ ਗਈ ਵੱਡਾ ਪੇਟ ਡਿੱਗ ਗਿਆ, ਕਿਹਾ ਸੀ ਨਾ ਉਹਨਾਂ ਨੇ ਬੜਾ ਪੇਟ ਗਿਰਤਾ ਤੋਂ ਧਰਤੀ ਹਿਲਤੀ ਹੈ। ਤੇ ਜਿੱਥੇ 10,000 ਸਰਦਾਰ ਮਰ ਗਿਆ, ਜਿਹਨਾਂ ਬੱਚਿਆਂ ਨੇ ਜਨਮ ਨਹੀਂ ਲਿਆ ਉਹ ਮਰ ਗਏ ਨੇ, ਜਿਹਨਾਂ ਕੁਛ ਵੇਖਿਆ ਹੀ ਨਹੀਂ, ਲੱਤਾਂ ਤੋਂ ਫੜ ਫੜ ਕੇ ਪਾੜ ਪਾੜ ਕੇ ਬੱਚੇ ਗੈਸਾਂ ਦੇ ਤੜਕੇ ਨੇ, ਉਹ ਭੁੱਲ ਜਾਣਗੇ ਸਾਨੂੰ, ਕਦੀ ਨਹੀਂ ਭੁੱਲਾਂਗੇ ਅਸੀਂ। ਰਹਿ ਜ਼ਰੂਰ ਅਸੀਂ ਇੰਡੀਆ 'ਚ ਰਹੇ ਹਾਂ, ਪਰ ਕੋਈ ਸਾਡਾ ਜੀਣ ਨਹੀਂ, 24 ਘੰਟੇ ਖਤਰਾ ਰਹਿੰਦਾ ਕਦੋਂ ਕੀ ਕਰ ਦੇਗੀ ਗੌਰਮੈਂਟ, ਕਿਹੜਾ ਨੇਤਾ ਮਰੇਗਾ ਤਾਂ ਸਰਦਾਰਾਂ ਨੂੰ ਮਾਰਨਾ ਇੰਨਾ। ਅੱਜ ਵੀ ਕੋਈ ਨੇਤਾ ਮਰ ਜਾਏ ਨਾ, ਕਿਸੇ ਨੂੰ ਗੋਲੀ ਵੱਜੇ ਤਾਂ ਸਰਦਾਰਾਂ ਵੱਲ ਹੀ ਮੂੰਹ ਕਰਦੇ ਨੇ, ਤੇ ਸ਼ਾਇਦ ਸਰਦਾਰ ਹੀ ਮਾਰ ਗਿਆ। ਵੈਸੇ ਤਾਂ ਸਾਨੂੰ ਜਿਹੜਾ ਬਾਰ ਬਾਰ ਪੁੱਛਦਾ ਨਾ, ਸਾਡਾ ਜਿਹੜਾ ਦਿਲ ਹੈ ਨਾ, ਮਤਲਬ ਵੀ ਦੁਖੀ ਹੁੰਦਾ, ਸਾਨੂੰ ਇਹ ਹੁੰਦਾ ਵੀ ਸਾਨੂੰ ਨਾ ਕੋਈ ਪੁੱਛੇ। ਸਾਵਧਾਨ ਸਾਨੂੰ ਐਕਚੁਅਲੀ ਇਹਨਾਂ ਦੇ ਵਿੱਚ ਵੀ ਦਰਦ ਜਾ ਗਿਆ, ਤੇ ਇੱਕ ਮਿੰਟ ਭੈਣ ਜੀ, ਇਹਨਾਂ ਦੇ ਵਿੱਚ ਵੀ ਦਰਦ ਜਾ ਗਿਆ, ਤੇ ਇਹ ਫਿਰ ਉਹ ਦਰਦ ਨੂੰ ਸਾਂਝ ਕਰਨ ਵਾਸਤੇ ਤੁਹਾਡੇ ਕੋਲ ਆਏ ਨੇ ਕਿ ਉਹ ਜਿਹੜੀ ਸੱਚ ਦੀ ਆਵਾਜ਼, ਦੇਖੋ ਇੱਥੋਂ ਦੀ ਗਵਰਨਮੈਂਟ ਕੁਛ ਕਹਿੰਦੀ ਹੈ, ਇੱਥੋਂ ਦੇ ਲੋਕੀ ਕੁਛ ਕਹਿੰਦੇ ਨੇ, ਉਹ ਸੱਚ ਬੇਸਿਕਲੀ ਹੈ ਕੀ? ਦੇਖੋ ਜੀ, ਉਸ ਦਿਨ ਲੋਕੀ ਤਾਂ ਕਹਿ ਦਿੰਦੇ ਨੇ ਕਿ 84 ਲੰਘੀਆਂ, 19 ਸਾਲ ਹੋ ਗਏ ਨੇ, ਬਟ ਸਾਨੂੰ ਫੀਲ ਹੁੰਦਾ ਕਿ 84 ਤਾਂ ਰੋਜ਼ ਹੋ ਰਿਹਾ, ਹਰ ਘਰ ਹਜੇ ਤੱਕ ਪਰੇਸ਼ਾਨ ਹੈ। ਸੋ ਉਹ ਦਰਦ ਨੂੰ ਫੀਲ ਕਰਕੇ ਹੀ ਇੱਥੇ ਆਏ ਨੇ, ਪਤਾ ਨਹੀਂ ਕਿੱਥੋਂ ਲੱਭ ਲੁੱਕ ਕੇ ਇਹਨਾਂ ਨੂੰ ਪਤਾ ਲੱਗਿਆ ਕਿ ਨਿਸ਼ਕਾਮ ਆ ਜਾਣ, ਕਿੱਥੋਂ ਇਹ ਇਹਨਾਂ ਦੀ ਹਿੰਮਤ ਹੈ, ਕਿੱਥੋਂ ਸਰਚ ਕਰਕੇ ਆਏ ਨੇ, ਤੇ ਆਏ ਨੇ ਤੇ ਸਾਡਾ ਫਰਜ਼ ਬਣਦਾ ਕਿ ਇਹਨਾਂ ਦੀ ਅਸੀਂ ਹੈਲਪ ਕਰੀਏ, ਜੋ ਹੈ ਪੁੱਛਣਾ ਚਾਹੁੰਦੇ ਹੋ। ਪਹਿਲੇ ਵੀ ਜਦੋਂ 84 ਦੇ ਦੰਗੇ ਹੋਏ ਨਾ, ਤਦ ਵੀ ਬਾਹਰਲੇ ਦੇਸ਼ਾਂ ਤੋਂ ਬਹੁਤ ਆਏ ਨੇ ਸਾਡੀਆਂ, ਮਤਲਬ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਮਤਲਬ ਸਭ ਕੁਛ ਸਾਡੇ ਬਿਆਨ ਅਤੇ ਫਿਲਮ ਵਗੈਰਾ ਬਣਾ ਬਣਾ ਕੇ ਲੈ ਕੇ ਗਏ ਨੇ। ਇੱਥੇ ਤਾਂ ਅਸੀਂ ਹੁਣ ਕੁਛ ਵੀ ਨਹੀਂ, ਇੰਨੇ ਇੰਨੇ ਫੁੱਲ ਕਮਰੇ ਭਰੇ ਹੁੰਦੇ ਸੀ ਕਿ ਦੂਸਰਾ ਬੰਦਾ ਆ ਕੇ ਦੇਖਦਾ ਵੀ ਇੰਨਾ ਮਤਲਬ ਇਹਨਾਂ ਨਾਲ ਹੋਇਆ। ਮਤਲਬ ਇੱਕ ਘਰ ਦੀ ਨੂੰਹ ਵੀ ਵਿਧਵਾ, ਧੀ ਵੀ ਵਿਧਵਾ, ਮਾਂ ਵੀ ਵਿਧਵਾ, ਸੱਸ ਵੀ ਵਿਧਵਾ, ਇਸ ਤਰ੍ਹਾਂ ਦੇ ਪਰਿਵਾਰ ਸੀ। ਹਾਲੇ ਤਾਂ ਤੁਸੀਂ ਕੁਛ ਦੇਖਿਆ ਨਹੀਂ, ਪਹਿਲੇ ਤੁਸੀਂ ਆਉਂਦੇ ਦੇਖ ਜਾਓ, ਫਿਰ ਤੁਹਾਨੂੰ ਪਤਾ ਚੱਲਦਾ ਵੀ ਸਾਡੇ ਲੋਕਾਂ ਨਾਲ ਕੀ ਹੋਇਆ। ਹਾਲੇ ਤਾਂ ਕੁਛ ਵੀ ਨਹੀਂ ਹੈ, ਹੁਣ ਤਾਂ ਅਸੀਂ 2-3 ਬੀਬੀਆਂ ਇੱਥੇ ਹੈਗੀਆਂ ਨਾ, ਤੁਸੀਂ ਪੂਰੇ ਤਿਲਕ ਵਿਹਾਰ 'ਤੇ ਜਾ ਕੇ ਕਹਾਣੀ ਪੁੱਛੋ, ਘਰ ਘਰ ਜਾਓ, ਐਡਰੈਸ ਨਿਸ਼ਕਾਮ ਵਾਲਿਆਂ ਕੋਲ ਪੂਰੇ ਹੈਗੇ ਨੇ, ਸਭ ਘਰਾਂ ਦੇ ਐਡਰੈਸ ਹੈਗੇ ਨੇ।